ਪੀਟੀ ਗਾਈਡ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਵੀ ਆਪਣੇ ਵੀਜ਼ਾ ਦਾ ਵੇਟ ਕਰ ਰਹੇ ਹੋ ਤਾਂ ਟੈਲੀਗ੍ਰam ਦਾ ਗਰੁੱਪ ਜੁਆਇਨ ਕਰ ਸਕਦੇ ਹੋ ਤੇ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਜਾਂ ਤੁਸੀਂ ਸਿੱਧਾ ਵੀ ਪੀਟੀ ਗਾਈਡ ਪੰਜਾਬੀ ਸਰਚ ਕਰਕੇ ਟੈਲੀਗ੍ਰam ਗਰੁੱਪ ਵਿੱਚ ਜੁਆਇਨ ਹੋ ਸਕਦੇ ਹੋ ਇਹ ਗਰੁੱਪ ਵਿੱਚ ਬੱਚੇ ਆਪਣੇ ਵੀਜ਼ੇ ਬਾਰੇ ਡਿਸਕਸ ਕਰਦੇ ਰਹਿੰਦੇ ਨੇ ਤੇ ਜੇ ਕੋਈ ਨਵਾਂ ਵੀਜ਼ਾ ਆਉਂਦਾ ਤਾਂ ਮੈਂ ਵੀ ਅਪਲੋਡ ਕਰ ਦਿੰਦਾ ਗਰੁੱਪ ਵਿੱਚ ਤੇ ਬੱਚੇ ਵੀ ਸੈਂਡ ਕਰ ਦਿੰਦੇ ਨੇ ਤੇ ਜੇ ਕੋਈ ਹੋਰ ਜਾਣਕਾਰੀ ਲੈਣੀ ਤਾਂ ਆਪਣਾ ਇੰਸਟਾਗ੍ਰam ਤੇ ਪੇਜ ਬਣਾਇਆ ਉਹ ਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਵਿੱਚ ਨੇ ਚਲ ਅਸੀਂ ਦੀ ਵੀਡੀਓ ਸ਼ੁਰੂ ਕਰਦੇ ਆ ਤੇ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਇੱਕ ਵਾਰ ਬੱਚੇ ਨੂੰ ਫੇਕ ਆਫਰ ਲੈਟਰ ਦਿੱਤਾ ਸੀਗਾ ਕਿਸੇ ਏਜੰਟ ਨੇ ਤੇ ਜੇ ਤੁਸੀਂ ਵੀਡੀਓ ਚੈੱਕ ਕਰਨੀ ਤਾਂ ਆਈ ਬਟਨ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਤੇ ਇਹਦਾ ਮਤਲਬ ਇਹ ਹੈ ਵੀ ਜੇ ਇੱਕ ਬੱਚੇ ਨਾਲ ਹੋ ਸਕਦਾ ਤਾਂ ਹੋ ਸਕਦਾ ਕਿਸੇ ਹੋਰ ਨਾਲ ਵੀ ਹੋਇਆ ਹੋਵੇ ਜੇ ਤੁਹਾਡੇ ਕੋਲ ਆਫਰ ਲੈਟਰ ਆਇਆ ਹੋਇਆ ਤੁਹਾਨੂੰ ਕਿਸੇ ਕਾਲਜ ਦਾ ਜਾਂ ਯੂਨੀਵਰਸਿਟੀ ਦਾ ਆਫਰ ਲੈਟਰ ਦਿੱਤਾ ਕਿਸੇ ਏਜੰਟ ਨੇ ਤਾਂ ਤੁਸੀਂ ਉਹਨੂੰ ਇੱਕ ਵਾਰ ਚੈੱਕ ਜ਼ਰੂਰ ਕਰ ਲਓ ਜੇ ਸੀਓਈ ਆ ਤਾਂ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਉਹ ਫੇਕ ਆ ਜਾਂ オリジナル ਹੈ ਚੈੱਕ ਕਰਨ ਦਾ ਤਰੀਕਾ ਮੈਂ ਤੁਹਾਨੂੰ ਦੱਸ ਦੇਣਾ ਪਹਿਲਾਂ ਤੁਸੀਂ ਆਪਣੇ ਏਜੰਟ ਤੋਂ ਆਪਣੀ ਸੀਓਈ ਜਾਂ ਆਫਰ ਲੈਟਰ ਸੈਂਡ ਕਰਵਾਓ ਮੰਗਵਾਓ ਤੋਂ ਉਹਦੇ ਤੁਹਾਡਾ ਸਟੂਡੈਂਟ ਆਈਡੀ ਨੰਬਰ ਲਿਖਿਆ ਹੋਊਗਾ ਤੇ ਉਹ ਸਟੂਡੈਂਟ ਆਈਡੀ ਤੁਹਾਡਾ ਚੱਲਦਾ ਹੀ ਰਹਿੰਦਾ ਆਫਰ ਲੈਟਰ ਤੋਂ ਲੈ ਕੇ ਸੀਓਈ ਆਉਣ ਤੱਕ ਉਹੀ ਰਹਿਣਾ ਤੁਹਾਡਾ ਇੱਕੋ ਹੀ ਸਟੂਡੈਂਟ ਆਈਡੀ ਨੰਬਰ ਹੋਊਗਾ ਉਹਨੂੰ ਰੈਫਰੈਂਸ ਆਈਡੀ ਵੀ ਕਹਿ ਸਕਦੇ ਆ ਤੇ ਸਟੂਡੈਂਟ ਆਈਡੀ ਵੀ ਕਹਿ ਸਕਦੇ ਆ ਉਸ ਤੋਂ ਬਾਅਦ ਤੁਸੀਂ ਜਿਹੜੇ ਕਾਲਜ ਯੂਨੀਵਰਸਿਟੀ ਹੈ ਉਹਦੀ ਤੁਸੀਂ ਵੈਬਸਾਈਟ ਤੇ ਜਾਣਾ ਤੇ ਉਹਦੀ ਈਮੇਲ ਆਈਡੀ ਚੈੱਕ ਕਰਨੀ ਹੈ ਤੇ ਜਿਹੜੀ ਈਮੇਲ ਆਈਡੀ ਹੋਊਗੀ ਉਹ ਤੇ ਤੁਸੀਂ ਜਾ ਕੇ ਈਮੇਲ ਕਰਨੀ ਹੈ ਵੀ ਇਹ ਸਾਡਾ ਆਫਰ ਲੈਟਰ ਹੈ ਇੰਗਲਿਸ਼ ਵਿੱਚ ਲਿਖਣਾ ਵੀ ਇਹ ਸਾਡਾ ਆਫਰ ਲੈਟਰ ਹੈ ਵੀ ਪਲੀਜ਼ ਤੁਸੀਂ ਚੈੱਕ ਕਰਕੇ ਦੱਸੋ ਵੀ ਇਹ オリジナル ਹੈ ਵੀ ਇਹ ਜੈਨੂਨ ਹੈ ਜਾਂ ਫੇਕ ਬਣਾਇਆ ਹੋਇਆ ਤਾਂ ਉਹ ਥੋੜੇ ਦਿਨ ਵਿੱਚ ਤੁਹਾਨੂੰ ਮੇਲ ਕਰ ਦੇਣਗੇ ਰਿਪਲਾਈ ਕਰ ਦੇਣਗੇ ਵੀ ਇਹ オリジナル ਹੈ ਜਾਂ ਫੇਕ ਹੈ ਮਤਲਬ ਜੈਨੂਨ ਹੈ ਜਾਂ ਫੇਕ ਹੈ ਤੇ ਇਹ ਸਟੈਪਸ ਨੇ ਇੱਕ ਵਾਰ ਚੈੱਕ ਜਰੂਰ ਕਰ ਲਿਓ ਕਿਉਂਕਿ ਅੱਜ ਕੱਲ ਯਕੀਨ ਕਰਨ ਨਾਲ ਟਾਈਮ ਨਹੀਂ ਰਿਹਾ ਕਿਸੇ ਤੇ ਵੀ ਇਸ ਲਈ ਆਪਣਾ ਆਫਰ ਲੈਟਰ ਤੇ ਸੀਓ ਵੀ ਇੱਕ ਵਾਰ ਚੈੱਕ ਜਰੂਰ ਕਰ ਲਿਓ ਜੇ ਤਾਂ ਤੁਹਾਨੂੰ ਸਿੱਧਾ ਯੂਨੀਵਰਸਿਟੀ ਚੋਂ ਆਈ ਹੈ ਮੇਲ ਆਫਰ ਲੈਟਰ ਜਾਂ ਸੀਓ ਵੀ ਤਾਂ ਫਿਰ ਤਾਂ ਕੋਈ ਚੱਕਰ ਨਹੀਂ ਹੈਗਾ ਪਰ ਜੇ ਤੁਹਾਨੂੰ ਏਜੰਟ ਨੇ ਦਿੱਤੀ ਹੈ ਤਾਂ ਤੁਸੀਂ ਇੱਕ ਵਾਰ ਚੈੱਕ ਜ਼ਰੂਰ ਕਰ ਸਕਦੇ ਹੋ ਮੈਨੂੰ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਊਗੀ ਤੇ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਆਸਟ੍ਰੇਲੀਆ ਵੀਜ਼ਾ ਰਿਲੇਟਡ ਜਾਂ ਵੀਟੀ ਰਿਲੇਟਡ ਤਾਂ ਤੁਸੀਂ ਆਪਣਾ WhatsApp ਨੰਬਰ ਹੈ ਇੱਥੇ ਮੈਸੇਜ ਕਰ ਸਕਦੇ ਹੋ Instagram ਤੇ ਪੇਜ ਬਣਿਆ ਹੋਇਆ ਉਹ ਤੇ ਜਾ ਕੇ ਫੋਲੋ ਕਰ ਸਕਦੇ ਹੋ ਤੇ ਆਪਣਾ DM ਕਰਕੇ ਪੁੱਛ ਸਕਦੇ ਹੋ ਤੇ Telegram ਤੇ ਵੀ ਆਪਣਾ ਗਰੁੱਪ ਬਣਿਆ ਹੋਇਆ ਉਹ ਵੀ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਵੀਡੀਓ ਲਾਈਕ ਕਰਨਾ ਨਾ ਭੁੱਲਿਓ ਜਿਹਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜੇ ਸ਼ੇਅਰ ਕਰ ਸਕਦੇ ਹੋ ਤਾਂ ਸ਼ੇਅਰ ਵੀ ਕਰ ਦਿਓ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ